ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ Harika Job Alert ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਜਿਹੜੀ ਭਰਤੀ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀਗਾ ਪੀਐਸਟੀਸੀਐਲ ਦੀ ਭਰਤੀ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਤੇ ਉਹ ਭਰਤੀ ਫਾਈਨਲੀ ਆਊਟ ਹੋ ਚੁੱਕੀ ਆ ਐਡਵਰਟਾਈਜ਼ਮੈਂਟ ਨੰਬਰ 10/2021 2021 ਤੇ ਦੋਸਤੋ ਇਹਦੇ ਵਿੱਚ ਜਿਹੜੇ ਆਨਲਾਈਨ ਐਪਲੀਕੇਸ਼ਨ ਫਾਰਮਾਂ ਦੀ ਮੰਗ ਕੀਤੀ ਗਈ ਆ ਤੇ ਇਹਦੇ ਲਈ ਜਿਹੜਾ ਟੈਸਟ ਹੋਣਾ ਹੈ ਉਹ ਆਨਲਾਈਨ ਟੈਸਟ ਹੋਏਗਾ ਆਨਲਾਈਨ ਕੰਪਿਊਟਰ ਬੇਸਡ ਟੈਸਟ ਹੋਏਗਾ ਤੁਹਾਡਾ ਪੋਸਟਾਂ ਦੇ ਲਈ ਤੇ ਇਹਦੇ ਲਈ ਕਿਹੜੀਆਂ ਕਿਹੜੀਆਂ ਪੋਸਟਾਂ ਨੋਟ ਕਰ ਲਓ ਏਈ ਇਲੈਕਟ੍ਰੀਕਲ 43 ਏਈ ਸਿਵਲ 6 ਅਕਾਊਂਟਸ ਆਫੀਸਰ 7 ਏਐਮ ਐਚਆਰ 2 ਏਐਮ ਆਈਟੀ 1 ਡਿਵੀਜ਼ਨਲ ਅਕਾਊਂਟੈਂਟ 10 ਜੂਨੀਅਰ ਇੰਜੀਨੀਅਰ ਸਬਸਟੇਸ਼ਨ 200 ਜੂਨੀਅਰ ਇੰਜੀਨੀਅਰ ਸਿਵਲ 15 ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ 11 ਟੈਲੀਫੋਨ ਮੈਕੈਨਿਕ 15 ਲੋਅਰ ਡਿਵੀਜ਼ਨ ਕਲਰਕ ਟਾਈਪਿਸਟ 140 ਲੋਅਰ ਡਿਵੀਜ਼ਨ ਕਲਰਕ ਅਕਾਊਂਟਸ 40 ਤਾਂ ਟੋਟਲ ਜਿਹੜੀਆਂ 490 ਵੈਕੈਂਸੀਆਂ ਤੇ ਇੰਪੋਰਟੈਂਟ ਡੇਟਸ ਨੋਟ ਕਰ ਲਓ ਇਹਦੇ ਆਨਲਾਈਨ ਫਾਰਮ 26 4 21 ਜਾਨਕਿ ਕੱਲ ਤੋਂ ਸਵੇਰੇ 10 ਵਜੇ ਤੋਂ ਭਰੇ ਜਾਣੇ ਆ ਲਾਸਟ ਡੇਟ ਇਹਦੀ 17 5 2021 ਸ਼ਾਮ 5 ਵਜੇ ਤੱਕ ਫੀਸ ਭਰਨ ਦੀ ਡੇਟ 19 5 2021 ਤੱਕ ਹੈ ਤੇ ਦੋਸਤੋ ਇਹ ਜਿਹੜਾ ਰਿਕਰੂਟਮੈਂਟ ਨੋਟਿਸ ਹੈ ਇਹ ਅੱਜ ਹੀ ਆਊਟ ਹੋਇਆ ਹੈ ਡਾਟਰ ਬਿਊਨ ਦੇ ਵਿੱਚ ਆਊਟ ਹੋਇਆ ਸ਼ਾਰਟ ਨੋਟੀਫਿਕੇਸ਼ਨ ਤੇ ਡਿਟੇਲ ਨੋਟੀਫਿਕੇਸ਼ਨ ਜਿਹੜਾ ਤੁਹਾਡਾ ਅੱਜ ਸ਼ਾਮ ਤੱਕ ਆ ਜਾਣਾਂ ਦੀ ਵੈਬਸਾਈਟ pspcl.org ਤੇ ਤੇ ਜਦੋਂ ਹੀ ਡਿਟੇਲ ਨੋਟੀਫਿਕੇਸ਼ਨ ਆਊਟ ਹੁੰਦਾ ਤਾਂ ਤੁਹਾਡੇ ਤੇ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਤੇ ਉਦੋਂ ਤੱਕ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਤੇ ਇੱਕ ਗੱਲ ਮੈਂ ਹੋਰ ਇੰਪੋਰਟੈਂਟ ਦੱਸ ਦਵਾਂ ਕਿ ਸੁਣਨ ਦੇ ਵਿੱਚ ਆ ਰਿਹਾ ਕਿ ਪੀਐਸ ਪੀਸੀਐਲ ਦੀ ਭਰਤੀ ਵੀ ਜਿਹੜੀ ਇਸ ਇਸ ਵਾਰ 30 April ਤੱਕ ਆਊਟ ਹੋ ਸਕਦੀ ਹੈ ਤਾਂ 올 ਦੀ ਬੈਸਟ ਸਾਰੇ ਕੈਂਡੀਡੇਟਸ ਨੂੰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ